ਸਤਿ ਸ਼੍ਰੀ ਅਕਾਲ, ਮੇਰਾ ਨਾਮ ਉਪਾਸਨਾ ਸ਼ਰਮਾ ਹੈ। ਮੈਨੂੰ ਪੰਜਾਬ ਪੁਲਿਸ ਦੇ ਅੰਦਰ ਸਾਈਬਰ ਕ੍ਰਾਈਮ ਦੇ ਅੰਦਰ ਨੌਕਰੀ ਦਿੱਤੀ ਗਈ ਹੈ। ਭਗਵੰਤ ਸਾਹਿਬ ਜੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਸੁਭਾਗਾ ਦਿਨ ਦਿਖਾਇਆ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਇਸ਼ਿਕਾ, ਮੈਂ ਮਲੋੜ ਤੋਂ ਬਿਲੋਂਗ ਕਰਦੀ ਹਾਂ। ਅੱਜ ਇਹ ਮੇਰੀ ਪਹਿਲੀ ਨੌਕਰੀ ਹੈ, ਇਹ ਮੇਰੀ ਸਕਸੈਸ ਦੀ ਸਿਰਫ ਸ਼ੁਰੂਆਤ ਹੈ। ਮੈਂ ਇਹੋ ਹੀ ਕਹਿਣਾ ਚਾਹੂੰਗੀ ਕਿ ਮੈਂ ਅਗਲੀ ਵਾਰੀ 2025 ਸਬ ਇੰਸਪੈਕਟਰ ਦਾ ਸਰ ਤੋਂ ਜੁਆਇਨਿੰਗ ਲੈਟਰ ਜ਼ਰੂਰ ਲੈਣ ਆਊਂਗੀ। ਇਹ ਮੇਰੀ ਸਕਸੈਸ ਸਟਾਰਟਿੰਗ ਹੈ ਸਟੇਜ। ਥੈਂਕ ਯੂ। ਹਾਂਜੀ, ਜ਼ਰੂਰ ਤਿਆਰੀ ਕਰਦੀ ਰਹੂੰਗੀ। ਫੈਮਿਲੀ 'ਚ ਮੇਰੇ ਪਾਪਾ ਨੇ ਸਿਰਫ, ਅਤੇ ਮੇਰਾ ਬ੍ਰਦਰ ਹੈ, ਅਤੇ ਮੇਰੀ ਸਿਸਟਰ ਕੈਨੇਡਾ PR ਹੈ। ਮੈਂ ਆਪਣੀ ਫੈਮਿਲੀ ਵਿੱਚ ਪਹਿਲੀ ਕੁੜੀ ਹਾਂ ਜਿਹਨੂੰ, ਸਾਡੇ ਸਾਰੇ ਪਰਿਵਾਰ 'ਚ ਜਿਹਨੂੰ ਗੌਰਮੈਂਟ ਜੋਬ ਮਿਲੀ ਅੱਜ। ਮੇਰਾ ਸੁਪਨਾ ਸੀ ਪੰਜਾਬ ਪੁਲਿਸ ਦਾ, ਬਸ ਮੇਰੇ ਪਾਪਾ ਨੇ ਮੈਨੂੰ ਬਹੁਤ ਮੋਟੀਵੇਸ਼ਨ ਕੀਤੀ। ਹਮੇਸ਼ਾ ਮੇਰੇ ਪਾਪਾ ਮੈਨੂੰ ਮੋਟੀਵੇਟ ਕਰਦੇ ਸੀ, ਮੇਰੀ ਮੰਮੀ ਦੇ ਨਾਂ ਹੋਣ ਤੋਂ ਬਾਅਦ ਮੇਰੇ ਪਾਪਾ ਨੇ ਮੈਨੂੰ ਹਮੇਸ਼ਾ ਮੋਟੀਵੇਟ ਕੀਤਾ ਕਿ ਗੌਰਮੈਂਟ ਜੋਬ ਹੀ ਲੈਣੀ ਹੈ, ਅਤੇ ਅੱਜ ਪਾਪਾ ਦੀ ਮੋਟੀਵੇਸ਼ਨ ਨਾਲ ਮੈਂ ਇੱਥੇ ਤੱਕ ਪਹੁੰਚੀ। ਮੈਂ 2021 'ਚ ਸਟਾਰਟ ਕਰੀ ਸੀ, ਮੇਰਾ ਸਬ ਇੰਸਪੈਕਟਰ ਦਾ ਪੇਪਰ 2 ਨੰਬਰ ਤੋਂ ਰਹਿ ਗਿਆ ਸੀ, ਅਤੇ ਮੈਂ ਅਗਲੀ ਵਾਰੀ ਜ਼ਰੂਰ ਸਰ ਤੋਂ ਜੁਆਇਨਿੰਗ ਲੈਟਰ ਲੈਣ ਆਊਂਗੀ ਸਬ ਇੰਸਪੈਕਟਰ ਦਾ। ਸਰ, ਮੇਰਾ ਨਾਮ ਦਵਿੰਦਰ ਕੌਰ ਹੈ, ਅਤੇ ਮੈਂ ਨਵਾਂਸ਼ਹਿਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹਾਂ। ਮੈਂ ਅੱਜ ਨਿਯੁਕਤੀ ਪੱਤਰ ਲੈਣ ਪਹੁੰਚੀ ਹਾਂ ਪੰਜਾਬ ਪੁਲਿਸ ਦੇ TSS ਕੇਡਰ ਦੇ ਵਿੱਚ, ਅਤੇ ਸਾਡੇ ਪਰਿਵਾਰ ਦੇ ਵਿੱਚ ਇਹ ਤੀਜੀ ਨੌਕਰੀ ਹੈ ਜੋ ਬਿਨਾਂ ਕਿਸੇ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਮਿਲੀ ਹੈ, ਅਤੇ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਪੰਜਾਬ ਦੇ ਯੂਥ ਨੂੰ ਮੋਟੀਵੇਟ ਕਰ ਰਹੇ ਹਨ ਵਿਦੇਸ਼ਾਂ ਵਿੱਚ ਨਾ ਜਾ ਕੇ ਇੱਥੇ ਹੀ ਚੰਗੇ ਮੌਕੇ ਲੈਣ ਦਾ। ਧੰਨਵਾਦ। ਸਰ, ਇੱਕ ਮੇਰੇ ਬ੍ਰਦਰ ਪੰਜਾਬ ਪੁਲਿਸ ਦੇ ਵਿੱਚ 2020 ਦੇ ਵਿੱਚ ਭਰਤੀ ਹੋਏ ਸੀ, ਅਤੇ ਮੇਰੇ ਸਿਸਟਰ ਇਨ ਲੋ ਭਾਬੀ ਜੀ, ਉਹਨਾਂ ਨੂੰ 2022 ਦੇ ਵਿੱਚ ਮਾਸਟਰ ਕੇਡਰ ਦੇ ਵਿੱਚ ਭਰਤੀ ਮਿਲੀ ਹੈ। ਹਾਂਜੀ ਸਰ। ਸਰ, ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਵਾਲਾ ਮਾਹੌਲ ਹੈ, ਅਤੇ ਮਾਪਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮਿਹਨਤ ਦਾ ਮੁੱਲ ਪਿਆ, ਪੜ੍ਹਾਈ ਦਾ, ਬੱਚਿਆਂ ਦਾ ਮੁੱਲ ਪੈ ਰਿਹਾ। ਸਰ, ਮੇਰਾ ਨਾਮ ਨਵਨੀਤ ਰਾਣਾ ਹੈ, ਮੈਂ ਪਟਿਆਲਾ ਜ਼ਿਲ੍ਹੇ ਸੇ ਬਿਲੋਂਗ ਕਰਤਾ ਹੂੰ। ਆਜ ਮੁਝੇ ਕਾਫੀ ਗਰਵ ਮਹਿਸੂਸ ਹੋ ਰਹਾ ਹੈ ਕਿ ਆਜ ਮੈਨੇ ਸਾਈਬਰ ਕ੍ਰਾਈਮ ਸਪੈਸ਼ਲਾਈਜ਼ਡ ਫੀਲਡ ਕੇ ਅੰਦਰ ਮੇਰੀ ਰਿਕਰੂਟਮੈਂਟ ਹੋਈ ਹੈ। ਪਹਿਲੇ ਮੈਂ IT ਮੈਂ ਪ੍ਰਾਈਵੇਟ ਮੈਂ ਜੋਬ ਕਰਤਾ ਥਾ, ਔਰ ਮਾਨ ਸਰਕਾਰ ਨੇ ਆਜ ਮੁਝੇ ਇਸ ਕਾਬਿਲ ਸਮਝਾ ਔਰ ਇਹ ਮੁਝੇ ਮੌਕਾ ਮਿਲਾ ਹੈ। ਇਹ ਮੈਂ ਕਹਿਣਾ ਚਾਹੂੰਗਾ ਕਿ ਇਹ ਮੌਕਾ ਮੁਝੇ ਮੇਰੀ ਮੈਰਿਟ ਕੇ ਆਧਾਰ ਪਰ ਮਿਲਾ ਹੈ, ਬਿਨਾਂ ਕਿਸੀ ਰਿਸ਼ਵਤ ਔਰ ਸਿਫਾਰਿਸ਼ ਕੇ ਮੁਝੇ ਇਹ ਨੌਕਰੀ ਪ੍ਰਾਪਤ ਹੋਈ ਹੈ। ਆਜ ਮੈਂ ਮਾਨ ਸਰਕਾਰ ਕਾ ਧੰਨਵਾਦ ਕਰਨਾ ਚਾਹੂੰਗਾ ਕਿ ਉਹਨਾਂ ਨੇ ਮੁਝੇ ਇਸ ਕਾਬਿਲ ਸਮਝਾ ਔਰ ਹਮਾਰੇ ਟੈਲੈਂਟ ਕੀ ਕਦਰ ਡਾਲੀ ਹੈ। ਮੈਂ ਜੈਸੇ ਕਿ ਮੈਨੇ BTECH ਕੀ ਥੀ, ਮੈਨੇ ਕੰਪਿਊਟਰ ਸਾਇੰਸ ਕਾ ਕੋਰਸ ਕੀਆ, ਦੈਨ ਮੈਨੇ ਮਾਸਟਰਸ ਕੀ ਹੈ, ਤੋ ਉਸਕੇ ਬਾਅਦ ਮੈਂ ਸਾਥ ਕੇ ਸਾਥ ਤਿਆਰੀ ਕਰ ਰਹਾ ਥਾ ਔਰ ਪ੍ਰਾਈਵੇਟ ਕੰਪਨੀ ਮੈਂ ਜੋਬ ਵੀ ਕਰ ਰਹਾ ਥਾ, ਲੇਕਿਨ ਮੁਝੇ ਆਊਟ ਆਫ ਸਟੇਟ ਪੰਜਾਬ ਮੂਵ ਕਰਨਾ ਪੜਾ, ਕਿਉਂਕਿ IT ਕੰਪਨੀਸ ਸਾਊਥ ਆਫ ਇੰਡੀਆ ਮੈਂ ਜ਼ਿਆਦਾ ਹੈ, ਤੋ ਮੁਝੇ ਉਸ ਸਾਈਡ ਪਰ ਰਹਿਣਾ ਪੜਤਾ ਥਾ ਘਰ ਸੇ ਦੂਰ, ਔਰ ਕਾਫੀ ਦਿੱਕਤਾਂ ਵੀ ਆਤੀ ਥੀ ਐਜ਼ ਕਿ ਪ੍ਰਾਈਵੇਟ ਜੋਬ, ਔਰ ਅਬ ਹਮੇ ਆਪਣੇ ਪੰਜਾਬ ਸਟੇਟ ਕੇ ਅੰਦਰ ਹੀ ਇਹ ਮੌਕਾ ਮਿਲਾ ਹੈ, ਤੋ ਹਮ ਇਸ ਮੈਂ ਕਾਫੀ ਖੁਸ਼ ਹੂੰ ਇਸ ਬਾਤ ਸੇ ਕਿ ਮੁਝੇ ਪੰਜਾਬ ਕੇ ਆਪਣੇ ਘਰ ਕੇ ਪਾਸ ਹੀ ਅੱਛੀ ਓਪਰਚੁਨਿਟੀ ਮਿਲੀ ਹੈ, ਔਰ ਹਮਾਰੇ ਟੈਲੈਂਟ ਕੇ ਰਿਲੇਟਿਡ ਮੁਝੇ ਸਪੈਸ਼ਲਾਈਜ਼ ਫੀਲਡ ਜੋ ਕਿ ਮੇਰਾ ਮਾਸਟਰਸ ਥੀ ਉਸਕੇ ਅੰਦਰ ਹੀ ਮੁਝੇ ਜੋਬ ਪ੍ਰੋਵਾਈਡ ਕੀ ਗਈ ਹੈ ਰਿਲੇਟਿਡ ਫੀਲਡ ਕੇ ਅੰਦਰ। ਜੀ, ਮੇਰਾ ਨਾਮ ਇਸ ਮੱਖਣਪ੍ਰੀਤ ਸਿੰਘ ਹੈ, ਅਤੇ ਮੈਂ ਪਹਿਲਾਂ ਫੌਜ 'ਚ ਸੀ, ਸਿਪਾਹੀ ਦੀ ਨੌਕਰੀ ਕਰਦਾ ਸੀ, ਅਤੇ ਹੁਣ ਮੈਂ ਫਾਇਰ ਬ੍ਰਿਗੇਡ 'ਚ ਨੌਕਰੀ ਮਿਲੀ ਹੈ। ਮੈਨੂੰ ਕੋਈ ਸਿਫਾਰਿਸ਼ ਨਹੀਂ ਲੱਗੀ ਮੇਰੀ, ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ, ਕੋਈ ਮੇਰਾ ਪੈਸਾ ਨਹੀਂ ਲੱਗਿਆ, 1 ਰੁਪਈਆ ਨਹੀਂ ਮੇਰਾ ਲੱਗਿਆ ਹਾਲ ਤੱਕ, ਜਿਹੜਾ ਬਸ ਮੈਂ ਖਰਚਾ ਕੀਤਾ ਆਪਣਾ ਕਿਰਾਇਆ ਵਗੈਰਾ ਲਗਾਇਆ ਜਾਣ 'ਤੇ ਉਹੀ ਮੇਰਾ ਖਰਚਾ ਹੋਇਆ ਬਸ। ਬਾਕੀ ਮੈਂ ਇੱਕ ਪੇਪਰ ਹੋਰ ਕਲੀਅਰ ਕੀਤਾ ਹੋਇਆ ਪੁਲਿਸ ਦਾ ਵੀ ਜੀ, ਕੌਂਸਟੇਬਲ ਦਾ। ਹਾਂਜੀ ਹਾਂਜੀ, ਉਹਦੇ ਵਿੱਚ ਵੀ ਮੇਰਾ ਨੰਬਰ ਆ ਗਿਆ, ਡਾਕੂਮੈਂਟ ਵਗੈਰਾ ਜਮ੍ਹਾਂ ਕੀਤੇ ਹੋਏ ਆ, ਇੱਥੋਂ ਮੈਨੂੰ ਹੁਣ ਜੁਆਇਨਿੰਗ ਲੈਟਰ ਵੀ ਮਿਲ ਗਿਆ ਜੀ। ਹਾਂਜੀ, ਫੌਜ 'ਚ ਮੈਂ 17 ਸਾਲ ਜੋਬ ਕੀਤੀ ਆ, ਅਤੇ ਹੁਣ ਮੈਂ ਰਿਟਾਇਰਮੈਂਟ ਲੈ ਲਈ। ਕਿਵੇਂ ਲੱਗਦਾ ਕਿ ਨੌਕਰੀ ਤੋਂ ਬਾਅਦ 2 ਨੌਕਰੀਆਂ ਦੇ ਆਫਰ ਹੈਗੇ ਨੇ, ਇੱਕ ਦਾ ਜੁਆਇਨਿੰਗ ਲੈਟਰ?
ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਜੀ। ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਕਿ ਮੈਂ ਆਪਣਾ ਮਾਨ ਸਰਕਾਰ ਦੇ ਅੰਦਰ ਰਿਟਾਇਰ ਹੋਇਆ। ਜਦੋਂ ਮੈਂ ਰਿਟਾਇਰ ਹੋਇਆ ਤਾਂ ਮਾਨ ਸਾਹਿਬ ਦੀ ਸਰਕਾਰ ਆਈ ਆ ਪੰਜਾਬ 'ਚ।